ਇੱਕ ਭੈਣ ਜੋ ਮਾਂ ਸ਼ੇਰਾਂ ਵਾਲੀ ਦੇ ਦਰਬਾਰ ਤੇ ਜਾਣ ਦੇ ਲਈ ਬੱਸ ਦਾ ਇੰਤਜ਼ਾਰ ਕਰ ਰਹੀ ਹੁੰਦੀ ਏ ਤੇ ਉਹਦੇ ਦਿਮਾਗ ਵਿੱਚ ਆਇਆ ਕਿ ਮਾਂ ਸ਼ੇਰਾਂ ਵਾਲੀ ਨੂੰ ਚੜਾਉਣ ਲਈ ਭੱਜ ਕੇ ਇੱਕ ਚੁੰਨੀ ਲੈ ਆਵਾਂ। ਉਹ ਭੈਣ ਦੁਕਾਨ ਤੇ ਜਾ ਕੇ ਦੁਕਾਨਦਾਰ ਵੀਰ ਨੂੰ ਕੀ ਆਖਦੀ ਏ, ਦੁਕਾਨਦਾਰ ਵੀਰ ਅੱਗੋਂ ਕੀ ਆਖਦਾ ਏ, ਆਓ ਭਜਨ ਰਾਹੀਂ ਸੁਣਦੇ ਆਂ। ਚੁੰਨੀ ਤਾਂ ਦੇਖ ਲੈ ਪੈਣੇ, ਪੈਸੇ ਤਾਂ ਮੈਂ ਨੀ ਲੈਣੇ। ਚੁੰਨੀ ਤਾਂ ਦੇਖ ਲੈ ਪੈਣੇ, ਪੈਸੇ ਤਾਂ ਮੈਂ ਨੀ ਲੈਣੇ। ਪੈਸੇ ਅਸੀਂ ਤਾਂ ਹਰ ਰੋਜ਼ ਹੀ ਕਮਾਉਂਦੇ, ਪੈਸਿਆਂ ਦੀ ਗੱਲ ਛੱਡ ਦੇ। ਅਸੀਂ ਮਈਆ ਦਾ ਤਾਂ ਦਿੱਤਾ ਹੋਇਆ ਖਾਂਦੇ, ਤੂੰ ਪੈਸਿਆਂ ਦੀ ਗੱਲ ਛੱਡ ਦੇ। ਚੁੰਨੀ ਤੇ ਜੜੇ ਸਿਤਾਰੇ, ਗੋਟੇ ਦੀ ਲੱਗੀ ਕਿਨਾਰੀ। ਚੁੰਨੀ ਤੇ ਜੜੇ ਸਿਤਾਰੇ, ਗੋਟੇ ਦੀ ਲੱਗੀ ਕਿਨਾਰੀ। ਸਿਰ ਤੇ ਜਦ ਲੈਣੀ ਮਈਆ, ਲੱਗਣੀ ਫਿਰ ਬੜੀ ਪਿਆਰੀ। ਸਿਰ ਤੇ ਜਦ ਲੈਣੀ ਮਾਂ ਨੇ, ਲੱਗਣੀ ਫਿਰ ਬੜੀ ਪਿਆਰੀ। ਸਾਰੇ ਕੰਮ ਕਰਦੀ ਆਪੇ, ਮਾਂ ਦੇ ਦਰ ਕੋਈ ਨੀ ਕਾਟੇ। ਅਸੀਂ ਘਟੀਆ ਸਮਾਨ ਨਾ ਮਗਾਉਂਦੇ, ਪੈਸਿਆਂ ਦੀ ਗੱਲ ਛੱਡ ਦੇ। ਅਸੀਂ ਮਈਆ ਦਾ ਤਾਂ ਦਿੱਤਾ ਹੋਇਆ ਖਾਂਦੇ, ਤੂੰ ਪੈਸਿਆਂ ਦੀ ਗੱਲ ਛੱਡ ਦੇ। ਤੈਨੂੰ ਅਸ਼ਵਨੀ ਵਰਮਾ, ਚੁੰਨੀ ਤੂੰ ਫੜ ਲੈ ਪੈਣੇ। ਆਖੇ ਤੈਨੂੰ ਅਸ਼ਵਨੀ ਵਰਮਾ, ਚੁੰਨੀ ਤੂੰ ਫੜ ਲੈ ਪੈਣੇ। ਸੌਦੀ ਦੇ ਸਤੀਸ਼ ਵੀਰ ਨੂੰ ਕਾਟੇ ਨਾ ਕਦੀ ਵੀ ਪੈਣੇ। ਸੌਦੀ ਦੇ ਸਤੀਸ਼ ਵੀਰ ਨੂੰ ਕਾਟੇ ਨਾ ਕਦੀ ਵੀ ਪੈਣੇ। ਹੱਥਾਂ ਲਈ ਮਾਂ ਦੇ ਮਹਿੰਦੀ, ਬਾਹਾਂ ਲਈ ਸੋਹਣਾ ਚੂੜਾ। ਲੈ ਜਾ ਮਈਆ ਲਈ ਬਿੰਦੀ ਤੇ ਪਰਾਂ ਦੇ, ਪੈਸਿਆਂ ਦੀ ਗੱਲ ਛੱਡ ਦੇ। ਅਸੀਂ ਮਈਆ ਦਾ ਤਾਂ ਦਿੱਤਾ ਹੋਇਆ ਖਾਂਦੇ, ਪੈਸਿਆਂ ਦੀ ਗੱਲ ਛੱਡ ਦੇ। ਚੁੰਨੀ ਇਹ
ਖਾਂਦੇ, ਤੂੰ ਪੈਸਿਆਂ ਦੀ ਗੱਲ ਛੱਡ ਦੇ।